ਰਹਿਮਾਨ ਰਹੀਮ ਜੀ, ਮੈਂ ਤੁਹਾਡੇ ਸਾਹਮਣੇ ਸੈਯਦ ਅਬੈਦੁੱਲਾ ਸ਼ਾਹ, ਕੋਚ ਸਦਾਤ ਕਬੱਡੀ ਕਲੱਬ ਰਾਣੇਵਾਲ ਸ਼ਹੀਦਾਂ ਡਿਸਟ੍ਰਿਕਟ ਗੁਜਰਾਤ। ਮਾਸ਼ਾਅੱਲਾ ਜੀ, ਸਾਡੇ ਵਾਸਤੇ ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿ ਸਾਡੇ ਕੋਲ ਇੱਕ ਕਾਬਲੇ ਇਹਤਰਾਮ ਟੀਚਰ ਜਨਾਬ ਅਜਮਲ ਭਾਈ ਕੰਠ ਸਾਹਿਬ ਜਲਾਲਪੁਰ ਜੱਟਾਂ ਤੋਂ ਬਮਾ ਆਪਣੇ ਬੇਟੇ ਜਨਾਬ ਗਰਾਊਂਡ ਦੇ ਵਿੱਚ ਆਏ ਨੇ, ਅਬਦੁੱਲਾ ਕੰਠ। ਮਾਸ਼ਾਅੱਲਾ, ਮਾਰਸ਼ਲ ਆਰਟ ਦੇ ਵਿੱਚ ਬੜਾ ਨਾਂ, ਸਪੋਰਟਸ ਦੀ ਦੁਨੀਆ ਦੇ ਅੰਦਰ ਬੜਾ ਨਾਂ, ਔਰ ਅਜਮਲ ਸਾਹਿਬ ਪਹਿਲੇ ਵੀ ਸਾਡੇ ਨਾਲ ਕਬੱਡੀ ਦੀ ਦੁਨੀਆ ਦੇ ਵਿੱਚ ਜੁੜੇ ਨੇ। ਜਿੱਥੇ ਸਾਡੇ ਮੈਚ ਹੁੰਦੇ ਨੇ ਉੱਥੇ ਆ ਕੇ ਪਲੇਅਰਾਂ ਨੂੰ ਨਾਂ ਮਾਤ ਵੀ ਦਿੰਦੇ ਨੇ, ਸਾਡੇ ਜਨਾਬ ਸਪੋਰਟਸ ਦੇ ਸਪੋਰਟਰ ਨੇ। ਅਸੀਂ ਜਨਾਬ ਦਿਲ ਦੀ ਥਾਂ ਗਹਿਰਾਈਆਂ ਨਾਲ ਅਸੀਂ ਵੈਲਕਮ ਕਹਿੰਦੇ ਹਾਂ ਸਦਾਤ ਕਬੱਡੀ ਕਲੱਬ ਰਾਣੇਵਾਲ ਸ਼ਹੀਦਾਂ ਦੀ ਗਰਾਊਂਡ ਦੇ ਵਿੱਚ ਔਰ ਕਲੱਬ ਦੇ ਵਿੱਚ। ਅਤੇ ਕਲੈਪਿੰਗ ਹੋ ਜੇ, ਕੈਮਰਾਮੈਨ ਜੀ ਜ਼ਰਾ ਕਰੀਬ ਆ ਕੇ ਕੈਮਰਾ ਮਾਰੋ ਸਾਰਿਆਂ 'ਤੇ ਜ਼ਰਾ। ਮਾਸ਼ਾਅੱਲਾ ਜੀ, ਬਹੁਤ ਖੂਬ ਜੀ। ਇਨਸ਼ਾਅੱਲਾ ਜਨਾਬ ਬਖੀਆ ਕਲਿੱਪ ਵੀ ਤੁਹਾਨੂੰ ਦਿਖਾਉਂਦੇ ਹਾਂ ਕਿ ਅਬਦੁੱਲਾ ਕੰਠ ਮਾਸ਼ਾਅੱਲਾ ਤੁਹਾਨੂੰ ਨਾਲ ਹੀ ਬਲਕਿ ਦੱਸਦਾ ਹੈ ਕਿ ਜ਼ਰਾ ਮਾਰਸ਼ਲ ਆਰਟ ਦਾ ਪਹਿਲਾ ਸਟੈਪ ਜ਼ਰਾ ਦੱਸੋ ਜੀ। ਇੱਥੇ ਹੀ ਤਾੜੀ ਤਾੜੀ ਤਾੜੀ, ਕਿਆ ਬਾਤ ਹੈ, ਕਿਆ ਬਾਤ ਹੈ, ਮਾਸ਼ਾਅੱਲਾ ਜੀ ਮਾਸ਼ਾਅੱਲਾ। ਪਹਿਲੇ ਮੰਜੇ ਪਲੇਅਰ ਨੇ ਇਨਸ਼ਾਅੱਲਾ ਅਨ ਕਰੀਬ ਜਿਹੜਾ ਟੂਰਨਾਮੈਂਟ ਰਾਣੇਵਾਲ ਸ਼ਹੀਦਾਂ ਹੋ ਰਿਹਾ, ਜਨਾਬ ਅਬਦੁੱਲਾ ਖੇਲੇਗਾ ਇਨਸ਼ਾਅੱਲਾ, ਦੁਨੀਆ ਨੂੰ ਦੱਸੇਗਾ ਕਿ ਕੰਠ ਜਲਾਲਪੁਰ ਜੱਟਾਂ ਦੇ ਸਪੋਰਟ ਇਨਸ਼ਾਅੱਲਾ ਕਹਿੰਦਾ ਬਾਤ, ਕਿਆ ਬਾਤ, ਠੀਕ ਹੋ ਗਿਆ ਜੀ। ਲਓ ਜੀ, ਹੁਣ ਫਿਨਿਸ਼ ਕਰੋ ਜੀ, ਸ਼ੁਰੂ ਕਰੋ ਸਟਾਰਟ। ਲਓ ਜੀ, ਅਬਦੁੱਲਾ ਕੰਠ ਸਾਹਿਬ ਸਾਡੇ ਨਵੇਂ ਪਲੇਅਰ ਸਦਾਤ ਕਬੱਡੀ ਕਲੱਬ ਦੇ ਵਿੱਚ ਆਏ ਨੇ ਜਲਾਲਪੁਰ ਜੱਟਾਂ ਤੋਂ। ਜਨਾਬ ਸਰ ਅਜਮਲ ਕੰਠ ਸਾਹਿਬ ਦੇ ਬੇਟੇ ਸਾਹਿਬਜ਼ਾਦੇ ਐਕਸਰਸਾਈਜ਼ ਲਾ ਰਹੇ ਨੇ ਕਲੈਪਿੰਗ, ਕਿਆ ਬਾਤ ਹੈ ਜਨਾਬ, ਕਿਆ ਬਾਤ ਹੈ ਭਾਈ, ਜ਼ੋਰਦਾਰ ਕਲੈਪਿੰਗ, ਵਾਹ ਜੀ ਵਾਹ, ਕਿਆ ਬਾਤ ਹੈ, ਹਾਏ ਹਾਏ ਹਾਏ। ਇੱਥੇ ਦੂਜਾ ਸਿਸਟਮ ਲਓ ਜੀ, ਕਰੀਏ ਸਾਹਿਬ ਜਨਾਬ ਸਲਾਮੀਆ ਹਾਈ ਸਕੂਲ ਨੰਬਰ 2 ਟੀਚਰ ਨੇ, ਇੰਗਲਿਸ਼ ਟੀਚਰ, ਮਾਸ਼ਾਅੱਲਾ ਜੀ, ਵੈਲ ਡਨ ਜੀ। ਬਿਸਮਿਲ੍ਲਾਹਿ ਰਹਿਮਾਨ ਰਹੀਮ ਜੀ, 20/7/23 ਸਦਾਤ ਕਬੱਡੀ ਕਲੱਬ ਰਾਣੇਵਾਲ ਸ਼ਹੀਦਾਂ ਦੀ ਗਰਾਊਂਡ ਦੇ ਅੰਦਰ ਟ੍ਰੇਨਿੰਗ ਜਨਾਬ ਸ਼ੁਰੂ ਹੋਏ। ਲਓ ਜੀ, ਡਾਊਨ ਡਾਊਨ ਅਪ ਡਾਊਨ ਅਪ ਡਾਊਨ ਅਪ ਡਾਊਨ ਅਪ ਡਾਊਨ ਬ
ਸਵੇਰ ਦੇ ਟਾਈਮ ਨਾਸ਼ਤਾ ਤੁੰਨ ਕੇ ਕਰਨਾ, ਦਿਨ ਨੂੰ ਪਾਣੀ ਜ਼ਿਆਦਾ ਪੀਣਾ ਹੈ। ਆਪ ਫਿਰ ਉਹ ਡਾਊਨ ਪਾਵਰ ਬਣਦੀ ਹੈ, ਬਹੁਤ ਮੁਸ਼ਕਿਲ ਹੈ, ਲੜਕੇ ਨੱਸ ਜਾਂਦੇ ਨੇ ਗਰਾਊਂਡਾਂ 'ਚ ਡਾਊਨ। ਇੱਥੇ ਪਤਾ ਲੱਗਦਾ ਕਿ ਚੰਨ ਕਿੱਥਾਂ ਗੁਜ਼ਾਰੀ ਰਾਤ, ਕਿੰਨੀਆਂ ਰਾਤ ਨੂੰ ਫਿਲਮਾਂ ਦੇਖੀਆਂ ਨੇ, ਇੱਥੇ ਪਤਾ ਲੱਗਦਾ ਕਿਹੜੀ ਕਿਹੜੀ ਗੁੱਟ 'ਤੇ ਖਲੋਤੇ ਹੋ। ਕਿਆ ਬਾਤ ਹੈ, ਅਪ ਸ਼ਾਬਾਸ਼, ਵੈਲ ਡਨ, ਸਟੈਂਡ ਅਪ, ਬਹੁਤ ਕਲੈਪਿੰਗ।